ਹੁਣ ਜਿਹੜੇ ਕੱਲ ਮਾਨਸਾ ਜ਼ਿਲ੍ਹੇ ਦੇ ਵਿੱਚ 35-40 ਮੁੰਡੇ ਚੱਕ ਕੇ ਅੰਦਰ ਕੀਤੇ ਆ, ਫਰੀਦਕੋਟ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਮੁੰਡਿਆਂ ਨੂੰ ਫੜੋ ਫੜ ਕੇ ਅੰਦਰ ਕਰ ਰਹੇ ਨੇ, ਕਿਸੇ ਨੇ ਫੋਟੋ ਲਾ ਲਈ ਉਹ ਵੀ ਅੰਦਰ ਨਾਲ, ਕਿਸੇ ਨੇ ਸਮਾਗਮ ਰੱਖਤਾ ਉਹ ਵੀ ਅੰਦਰ ਨਾਲ, ਗੁਰਦੁਆਰਿਆਂ ਦੇ ਅੰਦਰ ਜਾ ਕੇ ਤਲਾਸ਼ੀ ਲੈਣ ਲੱਗ ਗਏ। ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਸਾਡੇ ਨਾਲ ਵਾਪਰ ਕੀ ਰਿਹਾ। ਤੁਸੀਂ ਦੇਖੋ ਇਸ ਮੁਲਕ ਦੇ ਅੰਦਰ ਕਾਨੂੰਨ, ਇੱਥੇ ਰਾਜੀਵ ਗਾਂਧੀ ਦੇ ਕਾਤਲ ਵੀ ਬਾਹਰ ਆ ਜਾਂਦੇ ਆ, ਇੱਥੇ ਬਿਲਕਿਸ ਬਾਨੋ ਦੇ ਬਲਾਤਕਾਰੀ ਦੇ ਕਾਤਲ ਵੀ ਬਾਹਰ ਆ ਜਾਂਦੇ ਆ, ਇੱਥੇ ਸਾਡੇ ਬੰਦੇ ਸਜ਼ਾਵਾਂ ਪੂਰੀਆਂ ਕਰਕੇ ਵੀ ਬਾਹਰ ਨਹੀਂ ਆ ਰਹੇ, ਰਿਹਾਈ ਦੂਰ ਦੀ ਗੱਲ, ਛੁੱਟੀ ਵੀ ਨਹੀਂ ਮਿਲ ਰਹੀ। ਫਿਰ ਇਹ ਕਹਿੰਦੇ ਬਿਨਾਂ ਗੱਲ ਤੋਂ ਰੌਲਾ ਪਾਉਂਦੇ, ਬਿਨਾਂ ਗੱਲ ਤੋਂ ਰੌਲਾ ਜੀ। ਅੱਜ ਦੇ ਹਾਲਾਤ ਤੁਸੀਂ ਦੇਖੋ, ਅਸੀਂ ਕਹਿੰਦੇ ਜੇ ਜਨਾਲੇ ਘਟਨਾ ਵਾਪਰੀ, ਪਹਿਲਾਂ ਜ਼ਿੰਮੇਵਾਰ ਉਹਦੀ ਸਰਕਾਰ ਆ, ਪ੍ਰਸ਼ਾਸਨ ਹੈ, ਸਰਕਾਰ ਜ਼ਿੰਮੇਵਾਰ ਕਿਵੇਂ, ਪ੍ਰਸ਼ਾਸਨ ਕਿਵੇਂ ਜ਼ਿੰਮੇਵਾਰ ਹੈ, ਸੁਣੋ ਧਿਆਨ ਨਾਲ। ਜੇ ਘਟਨਾ ਵਾਪਰਨ ਤੋਂ ਪਹਿਲੇ ਸਰਕਾਰ ਮੁਸਤੈਦ ਹੋ ਜਾਂਦੀ, ਪਹਿਲੇ ਚੱਕਣੀ ਰਹਿੰਦੀ ਸਰਕਾਰ, ਪਹਿਲੇ ਪ੍ਰਸ਼ਾਸਨ ਨੇ ਗੱਲ ਨੂੰ ਹੱਲ ਕਰ ਸਕਦਾ ਸੀ, ਪਰ ਨਹੀਂ ਹੋਣੀ। ਉਹਨਾਂ ਨੇ ਮਾਹੌਲ ਬਣਾਉਣਾ ਸੀ, ਬਣਾਇਆ, ਅਗਲਿਆਂ ਨੇ ਬਣਾਇਆ, ਟ੍ਰੈਪ ਵਿਛਾਇਆ, ਜਾਲ ਵਿਛਾਇਆ, ਜਾਲ ਫਸਾਇਆ, ਸਰ ਫਸਾ ਕੇ ਉਦੋਂ ਬਾਅਦ ਫਿਰ ਕਿਵੇਂ ਜਵਾਨੀ ਦਾ ਸ਼ਿਕਾਰ ਖੇਡਣਾ, ਉਹਦੀ ਤਿਆਰੀ ਹੈ। ਦੇਖੋ ਨੈਸ਼ਨਲ ਮੀਡੀਆ ਤੇ ਕੀ ਪ੍ਰਚਾਰਿਆ ਜਾ ਰਿਹਾ, ਪੰਜਾਬ ਦਾ ਹੀ ਆਹ ਹੋ ਗਿਆ ਜੀ, ਵੱਖਵਾਦੀ ਖੜੇ ਹੋ ਗਏ ਜੀ, ਅੱਤਵਾਦੀ ਖੜੇ ਹੋ ਗਏ ਜੀ, ਆਈਐਸਆਈ ਤੋਂ ਫੰਡ ਆ ਗਿਆ ਜੀ, ਬੁਲਟ ਪਰੂਫ ਜਾਕਟਾਂ ਮਿਲ ਗਿਆ ਜੀ, ਅੱਡ ਫੌਜ ਬਣਾਉਣ ਦੀ ਤਿਆਰੀ ਹੋ ਚੁੱਕੀ ਸੀ ਜੀ। ਤੁਸੀਂ ਪੰਜਾਬ ਚ ਰਹਿੰਦੇ ਹੋ, ਲੱਗਦਾ ਵੀ ਹੈ ਜੀ ਗੱਲ, ਦੱਸੋ ਝੂਠਾ ਮੀਡੀਆ, ਝੂਠਾ ਮੀਡੀਆ, ਇਹੀ ਪ੍ਰਚਾਰ, ਇਹੀ ਪ੍ਰਾਪੇਗੰਡਾ। ਆਪਾਂ ਜਾਣਦਾ ਵੀ ਕਿਵੇਂ ਖਬਰਾਂ ਪਲਾਂਟ ਕਰਾ ਕੇ 80-90 ਦੌਰ ਚ ਵੀ ਲਵਾਈਆਂ ਜਾਂਦੀਆਂ ਗਈਆਂ, ਉਦੋਂ ਵੀ ਸਾਡੇ ਕਰਤਾਰਾਂ ਨੂੰ ਮਾਰਨ ਦੀ ਕੋਸ਼ਿਸ਼, ਵੀ ਦਰਬਾਰ ਸਾਹਿਬ ਦੇ ਅੰਦਰੋਂ ਜੀ ਬੀਬੀਆਂ ਦੇ ਕੱਪੜੇ ਮਿਲੇ, ਅਦਰਾਜੋਗ ਚੀਜ਼ਾਂ ਮਿਲੀਆਂ ਜੀ, ਅੱਜ ਇਹੋ ਜਿਹੇ ਸਾਲੇ ਮਿਲਿਆ ਸਲੀਲ, ਉਦੋਂ ਵੀ ਇਹ ਪ੍ਰਚਾਰ, ਉਦੋਂ ਕਹਿੰਦੇ ਖਬਰਾਂ ਦੇ ਵਿੱਚ ਇਹ ਅਖਬਾਰਾਂ ਚ ਖਬਰਾਂ ਲੱਗੀਆਂ ਹੁੰਦੀਆਂ ਸੀ, ਅੱਜ ਵੀ ਉਹੀ ਪ੍ਰਚਾਰ ਹੈ, ਸਾਡੇ ਕਰਤਾਰ ਨੂੰ ਮਾਰਨ ਦੀ ਕੋਸ਼ਿਸ਼ ਹੈ। ਜਦੋਂ ਕਿਸੇ ਕੌਮ ਦਾ ਹੀਰੋ ਹੁੰਦਾ, ਜਿਹੜਾ ਕੋਈ ਆਗੂ ਹੁੰਦਾ, ਅਗਵਾਈ ਕਰ ਰਿਹਾ ਹੁੰਦਾ, ਉਹ ਜਦੋਂ ਮਾਰਦੀ ਹੈ ਸਟੇਟ ਤੋਂ, ਅਮਰ ਹੋ ਜਾਣਾ, ਸ਼ਹੀਦ ਹੋ ਜਾਂਦਾ, ਕੌਮ ਲਈ ਪ੍ਰੇਰਨਾ ਸਰੋਤ ਬਣ ਜਾਂਦਾ। ਪਰ ਜਦੋਂ ਉਸ ਆਗੂ ਨੂੰ, ਉਹਦੇ ਕਰਤਾਰ ਨੂੰ ਮਾਰ ਦਿਓ, ਕਰਤਾਰ ਤੁਸੀਂ ਕਰ ਦਿਓ, ਹੁਣ ਮੰਨ ਲਓ ਕੱਲ ਨੂੰ ਅਮਰਪਾਲ ਨੂੰ ਨੇਪਾਲ ਦੇ ਬਾਰਡਰ ਤੋਂ ਫੜ ਕੇ ਜਾਂਦੇ, ਪਾਕਿਸਤਾਨ ਦੇ ਬਾਰਡਰ ਤੋਂ ਫੜ, ਕਹਿ ਦਿਓ ਜੀ ਦਾੜੀ ਕੱਟ ਕੇ, ਇਹਦਾ ਜੀ ਦਾੜੀ ਕਟਾ ਕੇ ਰੂਹ ਪੋਛਲੇ ਭੱਜਦਾ ਸੀ, ਅੱਜ ਹੀ ਕਹਿ ਰਹੀ ਇਹਨੇ ਪੁਲਿਸ ਉੱਤੇ ਖੜੀ ਕਿ ਜੀ ਉਹ ਸ੍ਰੀ ਸਾਹਿਬ ਛੱਡ ਕੇ ਭੱਜ ਗਿਆ ਜੀ, ਉਹ ਭਾਉਣਾ ਹੋ ਗਿਆ ਜੀ, ਵੱਡਾ ਸੂਰਮਾ ਕਿੱਥੇ ਹੈ ਜੀ। ਜਾਣੇ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਉਹਦੇ ਪ੍ਰਤੀ ਇੱਕ ਨਫ਼ਰਤ, ਪਹਿਲਾਂ ਤਾਂ ਬਰਤਾਨ ਸਿਰਜਿਆ ਗਿਆ ਵੀ ਇਹ ਸਰੂਪ ਸਾਹਿਬ ਕਿਉਂ ਲੈ ਗਿਆ। ਮੈਂ ਕਹਿੰਦਾ ਯਾਰ ਤੁਸੀਂ ਦੇਖੋ, ਦੁਨੀਆਂ ਦੀ ਕੋਈ ਵਾਹਦ ਕੌਮ ਹੋਣੀ ਹੈ ਉਹ ਆਪਾਂ ਹੈ, ਜਿਹੜੇ ਆਪਣੇ ਆਪਣੇ ਦੇ ਖਿਲਾਫ ਹੈ। ਕਿੰਨੇ ਬੰਦੇ ਆਪਦੀ ਬੋਲੀ ਜਾਂਦੇ ਆ, ਮੈਂ ਕਹਿੰਦਾ ਯਾਰ ਮੇਰੇ ਵੀ 100 ਤਰ੍ਹਾਂ ਨਾਲ ਮਤਭੇਦ ਹੋਣੇ ਅੰਮ੍ਰਿਤਪਾਲ ਨਾਲ, 100 ਤਰ੍ਹਾਂ ਦੇ ਵਿਚਾਰਕ ਵਖਰੇ ਨੇ ਹੋਣੇ ਆ, ਪਰ ਇਹ ਤਾਂ ਨੀ ਮੇਰੇ ਕਾਮਰੇਡਾਂ ਦਾ ਵੀ ਵਖਰੇ ਨੇ ਹੈਗੇ ਆ। ਪਰ ਜਿੱਥੇ ਇਨਸਾਨੀਅਤ ਦਾ ਘਾਣ ਹੁੰਦਾ, ਚਾਹੇ ਉਹ ਕਾਮਰੇਡ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਸਾਡਾ ਸਿਧਾਂਤ ਸਾਡੇ ਗੁਰੂਆਂ ਦੇ ਫਲਸਫੇ ਸਾਨੂੰ ਇਹੀ ਸਿਖਾਉਂਦੇ ਆ ਕਿ ਅਸੀਂ ਉਸ ਇਨਸਾਨ ਦੀ ਆਵਾਜ਼ ਬੁਲੰਦ ਕਰਨੀ, ਇਹੀ ਸਾਡਾ ਫਰਜ਼ ਬਣਦਾ। ਤਾਂ ਇਸ ਕਰਕੇ ਤੁਸੀਂ ਦੇਖੋ ਹਾਲਾਤ, ਅੱਜ ਇੱਥੇ ਆਪਾਂ ਗੁਰਦੁਆਰਾ ਹਾਜ਼ਰੀ ਰਤਨ ਤੋਂ ਚੱਲੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਟੇਜ ਲੱਗੀ ਹੈ, ਅੰਦਰ ਪੁੱਛਿਆ ਵੀ ਬਾਬਾ ਜੀ ਸਟੇਜ ਵਰਤਰ ਕੇ ਨਹੀਂ, ਧਾਰਮਿਕ ਸਟੇਜ ਆ ਜੀ, ਮੈਂ ਸਪੀਕਰ ਹੀ ਬੰਦ ਕਰ ਦਿਓ, 2-3 ਮਿੰਟ ਬਸਾ ਵੀ ਅਸੀਂ ਧਾਰਮਿਕ ਦੀ ਗੱਲ ਨਹੀਂ ਕਰ ਰਹੇ। ਜਿਹੜੇ ਇੱਥੋਂ ਤੱਕ ਕੀ ਕਾਲਕਾ ਸਾਹਿਬ ਜਥੇਦਾਰ ਬੋਲਿਆ ਜੀ, ਕੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੋਲਿਆ, ਕੀ ਇੱਥੇ ਜਿਹੜੇ ਹੋਰ ਦੁਕਾਨਾਂ ਚ ਲਾਉਣ ਵਾਲੇ ਆ ਜੀ, ਸਿੱਖੀ ਦੇ ਨਾਂ ਦੇ, ਧਰਮ ਦੇ ਨਾਂ ਦੀ ਪ੍ਰਚਾਰਕ ਆ ਜੀ ਅਸੀਂ, ਵੀ ਬੋਲਿਆ ਬਾਈ, ਸਾਨੂੰ ਸਭ ਸਮਝਾ ਲੜ ਗਿਆ, ਸਾਰੇ ਘੂਰੀਆਂ ਪੈ ਗਈਆਂ, ਮੁਝ ਕੋਈ ਬੋਲਣ ਨੂੰ ਤਿਆਰ ਨਹੀਂ। ਤਾਂ ਮੈਨੂੰ ਆ ਦੱਸੋ ਇਹ ਸਾਡੇ ਆਗੂ ਨੇ ਯਾਰ, ਕਿ ਸਾਡੀ ਜਵਾਨੀ ਨੂੰ ਚੱਕ ਚੱਕ ਕੇ NSA ਲਾ ਕੇ UAPA ਲਾ ਕੇ ਬੰਦ ਕੀਤਾ ਜਾਂਦਾ ਹੋਵੇ, ਇਹ ਮੌਜ ਨਾਲ ਬੈਠੇ ਕਹਿੰਦੇ ਧਰਮ ਦੇ ਪ੍ਰਚਾਰਕ ਹੈ, ਸਿੱਖੀ ਦੇ ਠੇਕੇਦਾਰ ਆ ਜੀ ਅਸੀਂ, ਇਹ ਸਾਡੇ ਠੇਕੇਦਾਰ ਨੇ ਯਾਰ। ਮਰਜਾਂ ਦੇ ਲਾਂਹ ਲੋਕਾਂ ਨੂੰ ਪਾਓ, ਜਿਹੜੇ ਅੱਜ ਬੰਦੇ ਚੁੱਪ ਕਰੇ ਬੈਠੇ ਨੇ ਸਾਡੇ ਖਿਲਾਫ਼ ਬੋਲ ਰਹੇ ਆ। ਮੈਂ ਕਹਿੰਦਾ ਹਜ਼ਾਰਾਂ ਮਤਭੇਦ ਹੋਣਗੇ, ਤੁਹਾਡੇ ਸਾਹਮਣੇ ਵਾਪਰਿਆ 26 ਤਰੀਕ ਨੂੰ ਜਦੋਂ ਦਿੱਲੀ ਆਪਾਂ ਗਏ ਆ, 27 ਤਰੀਕ ਨੂੰ ਅੰਤ ਨੇ ਸਾਨੂੰ ਗਦਾਰ ਲਾ ਦਿੱਤਾ ਉੱਥੋਂ, ਰਜਿੰਦਰ ਸਿੰਘ ਦੀਪ ਸਿੰਘ ਨੇ ਕਹਿੰਦਾ ਵੀ ਦੀਪ ਸਿੰਘ ਲੱਖਾ ਹੋਣਾ ਗਦਾਰ, ਇਹਨਾਂ ਨੇ ਮੋਰਚਾ ਖਿਲਾਫ਼ ਕੀਤਾ, ਅਸੀਂ ਇੱਕ ਵੀ ਸ਼ਬਦ ਨੀ ਕੱਢਿਆ ਵੀ ਨਹੀਂ ਸਾਡੇ ਲਈ ਮੋਰਚਾ ਹੈ, ਮੈਂ ਪੰਜਾਬ ਜਿੱਤਣਾ ਚਾਹੀਦਾ, ਮੱਥਾ ਦਿੱਲੀ ਨਾਲ ਹੈ। ਅੱਜ ਵੀ ਕਹਿ ਰਹੇ ਹਾਂ ਜੇ ਕੱਲ ਨੂੰ ਰਜਿੰਦਰ ਸਿੰਘ ਦੀਪ ਸਿੰਘ ਦੀ ਘਟਨਾ ਵਾਪਰੇ ਸੀ ਉਹ ਵੀ ਨਾਲ ਖੜਾਂਗੇ, ਅਸੀਂ ਕਾਮਰੇਡਾਂ ਦੇ ਨਾਲ ਵੀ ਹਾਂ, ਅਸੀਂ ਹਿੰਦੂ ਮੁਸਲਮਾਨ ਸਭ ਦੇ ਨਾਲ ਹਾਂ, ਕਿਉਂ ਕਿਉਂ ਨਾ ਹੋਣਾ ਚਾਹੀਦਾ, ਆ ਪ੍ਰਸ਼ਾਸਨ ਖੜਾ ਨਾ। ਇਹ ਕਿੰਨੇ ਮੁੰਡੇ ਸਰਦਾਰਾਂ ਦੇ ਆ, ਸਿੱਖਾਂ ਦੇ ਆ, ਪੰਜਾਬ ਦੇ, ਪੰਜਾਬੀ ਆ, ਪਰ ਸਾਡੀ ਬਦਕਿਸਮਤੀ ਆ, ਸਾਨੂੰ ਸਾਡੇ ਆਪਣੇ ਮਾਰਦੇ ਆ। 80-90 ਦੇ ਦੌਰ ਦੇ ਵਿੱਚ ਵੀ ਮਰਨ ਵਾਲੇ ਖਾੜਕ ਵੀ ਸਿੱਖ, ਦੂਜੇ ਪਾਸੇ ਪੁਲਿਸ ਵਾਲੇ ਵੀ ਸਿੱਖ, ਅੱਜ ਵੀ ਹਾਲਾਤ ਉਹੀ ਬਣਾਏ ਜਾ ਰਹੇ ਆ, ਸਾਨੂੰ ਸਾਡੇ ਹੱਥੋਂ ਹੀ ਮਰਵਾਇਆ ਜਾ ਰਿਹਾ, ਇਹ ਹਾਲਾਤ ਨੇ ਪੰਜਾਬ ਦੇ, ਇਹ ਇਹੀ ਹੁੰਦੇ ਆ, ਇਹ ਸਾਨੂੰ ਭੁਲੇਖਾ ਹੈ। ਜਿਹੜੇ ਅੱਜ ਚੁੱਪ ਕਰਕੇ ਘਰਾਂ ਚ ਬੈਠੇ ਆ,
ਜਾਂ ਚਾਪਲੂਸੀ ਕਰਦੇ ਆ ਜਾਂ ਰਾਜੇ ਬਣੇ ਕਰਕੇ ਉੱਥੇ ਬੋਲੇ ਫੜੋ ਫੜੋ ਫੜਦੇ ਕਿਉਂ ਨੀ ਰਾਸ ਵਾਲੇ ਅਸੀਂ ਬੋਲੇ ਆਓ ਅੱਜ ਹੋਰ ਵੀ ਬੰਦੇ ਉੱਥੇ ਬੋਲੇ ਆ ਬਸ ਗੱਲ ਹੀ ਨੀ ਆਪਾਂ ਕਰਨੀ ਪਰ ਉਹੀ ਬੰਦੇ ਦੂਜੇ ਪਾਸੇ ਹੋ ਗਏ ਇਹੀ ਜਵਾਨੀ ਨੂੰ ਸਾਡੀ ਨੂੰ ਉਹ ਬਲਦੀ ਦੇ ਬੂਛੇ ਚ ਪਾਉਣਾ ਚਾਹੁੰਦੇ ਆ ਇਹੀ ਜਵਾਨੀ ਨੂੰ ਸਾਡੇ ਉਹ ਪੁੱਤਰ ਦੇ ਉਹ ਬਘਿਆੜਾਂ ਦੇ ਮੂੰਹ ਦੇਣਾ ਚਾਹੁੰਦੇ ਆ ਜਿਹਦੇ ਮੂੰਹ ਨੂੰ ਖੂਨ ਲੱਗਿਆ ਕਈ ਦਹਾਕਿਆਂ ਦਾ ਕਿੰਨੇ ਚਿਰ ਤੋਂ ਸਾਡਾ ਖੂਨ ਪੀਂਦੇ ਆਏ ਆ ਇਹ ਸਾਡੇ ਆਪਣੇ ਲੋਕ ਦੇ ਰਹੇ ਆ ਉਹ ਬੱਗਾ ਲਿਆਂਦਾ ਜਾ ਕੇ ਇੱਕ ਦਿੱਲੀ ਵਾਲਿਆਂ ਤੋਂ ਅਗਲਿਆਂ ਨੇ ਦਿੱਲੀ ਟੱਪੜ ਦਿੱਤਾ ਹਰਿਆਣੇ ਚ ਘੇਰ ਲਿਆ ਫੜ ਕੇ ਉੱਥੇ ਨਾਲ ਦੀ ਨਾਲ ਆ ਕਹਿੰਦੇ ਚੱਕੋ ਨਾ ਪੁਲਿਸ ਆਪਣੀ ਬਿਠਾਈ ਪੰਜਾਬ ਪੁਲਿਸ ਨੇ ਜਲੀਲ ਕੀਤੇ ਪੁਲਿਸ ਸਾਰੇ ਨਾਲੇ ਬੱਗੇ ਚ ਲਾ ਕੇ ਲੈ ਗਏ ਇਹ ਅਸੀਂ ਚੱਕ ਚੱਕ ਕੇ ਦੇ ਰਹੇ ਵੀ ਲਓ ਸਾਂਗ ਲੈ ਜਾਓ ਤਿਹਾੜ ਲੈ ਜਾਓ ਬੰਗਾਲ ਜਿਹਦੇ ਮਰਜ਼ੀ ਲੈ ਜਾਓ ਲਓ ਜੋ ਮਰਜ਼ੀ ਕਰਨਾ ਕਰੋ ਅਮਰ ਸ਼ਾਹ ਨੇ ਮੀਟਿੰਗ ਕਰਕੇ ਆਪ ਮਾਨ 50 ਕੰਪਨੀਆਂ ਮੰਗ ਲਈਆਂ ਉਹ ਤਿਆਰੀ ਸੀ ਇਹਦੀ ਪੂਰੇ ਤਰੀਕੇ ਨਾਲ ਤਿਆਰੀ ਕੀਤੀ ਗਈ ਅੱਜ ਇਮਨੀ ਚੋਣ ਦਾ ਵੀ ਉਹਦੇ ਨਾਲ ਦਿਖ ਰਿਹਾ ਇਹ ਕਰਕੇ ਜਲੰਧਰ ਨਿਸ਼ਾਨਾ ਬਣਾਇਆ ਗਿਆ ਜਲੰਧਰ ਨੂੰ ਜਲੰਧਰ ਉੱਤੇ ਵਿਛ ਕੇ ਰੋ ਜੇ ਅੰਮ੍ਰਿਤਪਾਲ ਇੰਨਾ ਖਤਰਨਾਕ ਲੱਗਦਾ ਸੀ ਕਿ ਜੱਲੂ ਖੇਰੇ ਨੂੰ ਜਾ ਕੇ ਫੜਿਆ ਜਾ ਸਕਦਾ ਸੀ ਉਹਨੂੰ ਕੋਈ ਵਾਰੰਟ ਜਾਰੀ ਕਰਦੇ ਕੋਈ ਐਸਐਸਪੀ ਫੋਨ ਕਰਦਾ ਕੋਈ ਡੀਜੀਪੀ ਪੈਨਫਰਸ ਕਰਦਾ ਕੋਈ ਮੰਤਰੀ ਕਹਿੰਦਾ ਵੀ ਭਾਈ ਨਾ ਕਰਦੇ ਨਾ ਜ਼ਿੰਮੇਵਾਰ ਆ ਕੇ ਜਵਾਬ ਦੇ ਆ ਕਾਰਵਾਈ ਹੋ ਰਹੀ ਹੈ ਤੇਰੇ ਜੇ ਆ ਨਾ ਹੁੰਦਾ ਫਿਰ ਆਪਾਂ ਮੰਨ ਲੈਂਦੇ ਪਰ ਇਹਨਾਂ ਨੇ ਜਾਣ ਬੁੱਝ ਕੇ ਪ੍ਰਾਪੇਗੰਡਾ ਪ੍ਰਚਾਰ ਸਾਰਾ ਕੀਤਾ ਤੁਸੀਂ ਦੇਖੋ ਯਾਰ ਲੋਸ ਵਰਗੇ ਸ਼ਰਿਆਮ ਕਹਿੰਦੇ ਆ ਨਾ ਮੂਸੇਵਾਲਾ ਮਾਰਿਆ ਸਲਮਾਨ ਖਾਨ ਨੂੰ ਮਾਰਾਂਗੇ ਐ ਹਸਪਤਾਲ ਇੰਟਰਵਿਊ ਚ ਜ਼ਖਮਾਂ ਦੇ ਲੂਣ ਭੁਗਦਾ ਉਹ ਸਾਡਾ ਹੋਣਹਾਰ ਨੌਜਵਾਨ ਮੁੰਡਾ ਮਾਰ ਕੇ ਕਿਸ ਤਾਲਗਾਨਾ ਉਹ ਸੱਟ ਗਏ ਤੇ ਉੱਥੇ ਉਹਦੀ ਬਖਸ਼ੀ ਰੋਲੀ ਗਈ ਇਹ ਬੁੱਢੋ ਸਰਕਾਰ ਉਹਨਾਂ ਦੀ ਬਖਸ਼ੀ ਰੋਲੀ ਗਈ ਹੈ ਜਾਣ ਬੁੱਝ ਕੇ ਉਹ ਜਨ ਮਿਸਿਆ ਗਿਆ ਜਾਣ ਬੁੱਝ ਕੇ ਉਹ ਬੰਦੇ ਨੂੰ ਕਾਰਵਾਈ ਹੋਈ ਪਿੰਡ ਜੇਲ੍ਹ ਚ ਬੰਦਾ ਹੈ ਕੋਈ ਡੀਜੀਪੀ ਦਾ ਬਿਆਨ ਕੋਈ ਇਹਦੀ ਪੁੱਛ ਗਿੱਛ ਕੋਈ ਸਰਕਾਰ ਦਾ ਬਿਆਨ ਸ਼ਰਿਆਮ ਬੰਦਾ ਕਹਿ ਰਿਹਾ ਲਲਕਰ ਰਿਹਾ ਸਾਰੇ ਚੱਲ ਜਾਵਾ ਅਦਾਲਤਾਂ ਨੂੰ ਜੱਜਾਂ ਨੂੰ ਵੀ ਹਾਂ ਇਹਦਾ ਕਾਨੂੰਨ ਅਸੀਂ ਆਪਣੇ ਹੱਥ ਲਾਵਾਂਗੇ ਤੇ ਸਾਨੂੰ ਕੋਈ ਇਨਸਾਫ਼ ਨਹੀਂ ਮਿਲਦਾ ਇੱਥੇ ਆ ਡੀਐਸਪੀ ਸੇਖੋਂ ਬੋਲਿਆ ਸੀ ਉਹਨੂੰ ਫੜ ਕੇ ਅੰਦਰ ਘਾਤਾ ਵੀ ਰਾਤ ਨੂੰ ਬੋਲਿਆ ਜੀ ਇੱਥੇ ਉਹ ਸ਼ਰਿਆਮ ਲੜਕੇ ਮਾਰਦਾ ਹੈ ਕਿ ਕੋਈ ਅਦਾਲਤਾਂ ਨੂੰ ਤਾਂ ਅਸੀਂ ਪਰਵਾਹ ਨਹੀਂ ਕਰਦੇ ਕੋਈ ਇਹਦੇ ਕਾਰਵਾਈ ਦੱਸ ਦਿਓ ਕਿਸੇ ਅਦਾਲਤ ਵੱਲੋਂ ਹੋਈ ਹੋਵੇ ਕਿਸੇ ਸਰਕਾਰ ਵੱਲੋਂ ਹੋਈ ਹੋਵੇ ਆ ਫਲੈਗ ਮਾਰਚ ਆ ਜੀ ਕੰਪਨੀ ਆ ਗਿਆ ਜੀ ਦਸ ਪਾਈ ਜਾਂਦੀ ਆ ਪੂਰੇ ਪੰਜਾਬ ਦੇ ਅੰਦਰ ਉਹ 15-15 ਸਾਲ ਦੇ ਜਵਾਕ ਮਰ ਗਏ ਚਿੱਟੇ ਨਾਲ ਸਾਡੇ ਟੀਕੇ ਲਾ ਕੇ ਕੋਈ ਉੱਥੋਂ ਦਾ ਫਲੈਗ ਮਾਰਚ ਕਿੱਥੇ ਹੈ ਸ਼ਰਿਆਮ ਹਰ ਪਿੰਡ ਹਰ ਮੋੜ ਤੇ ਚਿੱਟਾ ਵਿਖਦਾ ਹੈ ਰੁਕੋ ਜਵਾਨੀ ਪ੍ਰਵਾਸ ਕਰਕੇ ਬਾਹਰ ਭੱਜਦੀ ਜਾ ਰਹੀ ਹੈ ਪੰਜਾਬ ਖੜਦੀ ਹੋਈ ਜਾਂਦਾ ਪਾਣੀ ਸਾਡੇ ਗਏ ਬੋਲੀ ਸਾਡੀ ਗਈ ਤੇ ਸਾਡਾ ਮਾਰਤਾ ਰਾਤ ਵੀ ਸਾਨੂੰ ਨਹੀਂ ਮਿਲੀ ਬੀਬੀਐਫ ਦੇ ਪ੍ਰਬੰਧ ਸਾਡੇ ਕੋਲ ਖੋਲੇ ਪੰਜਾਬ ਕੋਲ ਰਿਹਾ ਕੀ ਹੈ ਅਸੀਂ ਬਿਨਾਂ ਗੱਲ ਤੋਂ ਬੜਾ ਪਾਉਂਦੇ ਹਾਂ ਉਹ ਬੈਠੇ ਅਸੀਂ ਢਾਲ ਖੁਰਦ ਮੋਰਚਾ ਲਾਈ ਨਹਿਰ ਦੇ ਉੱਤੇ ਉਹ ਪੱਖੀ ਕਰਕੇ ਕੰਕਰੀਟ ਪਾ ਕੇ 18,500 ਕਿਉਂਸਕ ਪਾਣੀ ਉਹ ਬਾੜ ਦੇ ਉਡਾਲੀ ਦੀ ਫੈਕਟਰੀ ਲੈ ਗਏ ਪੰਜਾਬ ਦੀ ਤਿਆਰੀ ਹੈ ਆਹ 15 ਮਿੰਟ ਤੱਕ ਕਰ ਲਿਆ ਪੱਕਾ ਗਾਹਾਂ ਕਰਨ ਦੀ ਤਿਆਰੀ ਹੋਣਗੇ ਪੱਤਰੋਂ ਤੱਕ 18,500 ਕਿਉਂਸਕ ਪਾਣੀ ਜਾਣਾ ਡੇਢ ਦਰਿਆ ਸਾਡਾ ਇੱਕ ਸਬਰ ਤੇ ਇੱਕ ਬਿਆਸ ਤੇ ਸਾਡੇ ਕੋਲ ਪਾਣੀ ਕਿੰਨਾ ਬਚਿਆ 15 ਸਾਲ ਦਾ ਆਪਾਂ ਉਹਦੇ ਵੀ ਚੋਪਾਂ ਇਹ ਭਗਵਾਨ ਸਿੰਘ ਕਹਿੰਦਾ ਪੰਜਾਬ ਦੇ ਚੱਪੇ ਚੱਪੇ ਨੂੰ ਮੇਰੀ ਪਾਣੀ ਦੇਵਾਂਗੇ ਦੇਣਗਾ ਕਿੱਥੋਂ ਆਹ ਧਰਮਪੁਰੇ ਕੋਲੇ ਗੋਇਲਾ ਦੇ ਕੋਲੇ 20 ਪਿੰਡ ਲੜੀ ਜਾਂਦੇ ਆ ਉਸ ਸਮੇਂ ਪਾਣੀ ਬੀਹਾਂ ਪਿੰਡਾਂ ਦੇ ਉਪਰਾ ਹੈ ਨੀ ਮੇਰੀ ਅਸੀਂ ਇਹ ਗੱਲ ਤੇ ਜਿਹਨਾਂ ਬੋਲ ਗਏ ਅਸੀਂ ਫਿਰ ਅੱਤਵਾਦੀ ਹੋ ਜਾਂਦੇ ਹਾਂ ਇਹ ਪਾਣੀਆਂ ਦੀ ਗੱਲ ਕਰਦੇ ਅੱਤਵਾਦੀ ਹੈ ਇਹ ਬੋਲੀ ਦੀ ਗੱਲ ਕਰਦੇ ਅੱਤਵਾਦੀ ਦੇਸ਼ ਛੁੱਟਣਾ ਚਾਹੁੰਦੇ ਆ ਅਸੀਂ ਸਿੱਖੀ ਦੀ ਗੱਲ ਕੋਈ ਕਰਦਾ ਕੋਈ ਪ੍ਰਚਾਰ ਕਰਦਾ ਸੀ ਨੌਜਵਾਨ ਆਇਆ ਸੀ ਸਿੱਖੀ ਨਾਲ ਜੋੜ ਰਿਹਾ ਸੀ ਨਸ਼ੇ ਤੋਂ ਰਹਿਤ ਕਰ ਰਿਹਾ ਸੀ ਆਪਣੀ ਨੌਜਵਾਨ ਨੂੰ ਹੱਕਾਂ ਪ੍ਰਤੀ ਜਗਾ ਰਿਹਾ ਸੀ ਉਹ ਅੱਤਵਾਦੀ ਵੱਖਵਾਦੀ ਬਣਾ ਕੇ ਉਹ ਪੇਸ਼ ਕਰਤਾ ਉਹ ਪਤਾ ਨੀ ਕੱਲ ਨੂੰ ਮਾਰ ਦੇਣਗੇ ਹੁਣ ਐਨਐਸਏ ਕੀ ਹੁੰਦੀ ਆ ਦਾਵਾਰਾ ਦਿੰਦਾ ਪਰਿਆ ਦੱਸਣ ਨਹੀਂ ਬੱਲੇ ਬੰਦਾ ਕਿੱਥੇ ਹੈ ਪਰ ਸਾਲ ਕੋਈ ਪੀਰ ਨਹੀਂ ਕੋਈ ਦਲੀਲ ਨਹੀਂ ਕੋਈ ਵਕੀਲ ਨਹੀਂ ਛੱਡਦੇ ਅੰਦਰ ਜਾ ਕੇ ਮੁੜ ਕੇ ਉਦੋਂ ਪਤਾ ਨੀ ਆਇਆ ਨੀ ਪਤਾ ਰਿਕਾਊਂਟਰ ਕਰ ਦੇਣਾ ਆਇਆ ਨੀ ਪਤਾ ਨੂੰ ਫੜ ਕੇ ਜਲੀਲ ਕਰਕੇ ਉਹਦੇ ਕਰਤਾਰ ਨੂੰ ਮਾਰ ਕੇ 10 ਸਾਲ ਵੀ ਸਾਨੂੰ ਚੱਕ ਦੇਣ ਦੱਸੋ ਬੈਠੇ ਜਾਓ ਹੱਥ ਜੱਟ ਨਹੀਂ ਸਾਡੇ ਲਈ ਬੋਲਣ ਵਾਲਾ ਆਊਗਾ ਕੌਣ ਬਾਈ ਹਾਂਜੀ ਅੱਤਵਾਦੀ ਇਹ ਬਣਾ ਕੇ ਪੇਸ਼ ਕਰ ਰਿਹਾ ਪੂਰਾ ਨੈਸ਼ਨਲ ਮੀਡੀਆ ਸੁਣ ਲਓ ਖਬਰਾਂ ਇਹੀ ਚਲਾਈਆਂ ਜਾ ਰਹੀਆਂ ਕਾਂਗਰਸ ਨੂੰ ਸਾਫ ਸਮਝ ਆ ਜਾਣੀ ਹੈ ਆ 24 ਦੀਆਂ ਵੋਟਾਂ ਨੇ ਜਿੱਤਣੀਆਂ ਨੇ ਆਪਾਂ ਨੂੰ ਮਾਰ ਕੇ ਕੁੱਟ ਕੇ ਆਪਾਂ ਹਜੇ ਹੈ ਨਹੀਂ ਆ ਆਪਾਂ ਆਪਦੀ ਮਸਤੀ ਤੁਰੇ ਫਿਰਦੇ ਵਾਲੇ ਕੰਮਾਂ ਤੋਂ ਸਾਨੂੰ ਕੀ ਆ ਸਾਡੀ ਗੱਲ ਕੋਈ ਮਰਦਾ ਕੋਈ ਖਾਪਦਾ ਕੋਈ ਜੇਲ੍ਹ ਜਾਂਦਾ ਉਹ ਬੰਦੀ ਸਿੰਘਾਂ ਦਾ ਮੋਰਚਾ ਲੱਗੇ ਅਸੀਂ ਉੱਥੇ ਵੀ ਨਹੀਂ ਗਏ ਅਸੀਂ ਇੱਥੇ ਵੀ ਨਹੀਂ ਖੜਨਾ ਸਾਡੇ ਹਾਲਾਤ ਇਹ ਹੈ ਬੈਠੇ ਰਹੋ ਬਾਈ ਘਰਾਂ 'ਚ ਬੈਠੇ ਵੀ ਮਰ ਜਾਓਗੇ ਇਹ ਭੁਲੇਖਾ ਤੁਹਾਨੂੰ ਥੋੜਾ ਕੱਖ ਨਾ ਧਰਤੀ ਬੰਜਰ ਹੋਣ ਵੱਲ ਵੱਧ ਰਹੀ ਹੈ ਖੜ ਕੇ 10-12 ਸਾਲ ਦੀ ਖੇਡ ਹੈ ਇਹ ਤੁਸੀਂ ਘਰਾਂ 'ਚ ਬੈਠੇ ਛਿੱਤਰ ਪੈਣਗੇ ਜਾਂ ਮਰੋਗੇ
ਧੰਨਵਾਦ ਸਾਰਿਆਂ ਦਾ, ਤੁਸੀਂ ਆਏ ਹੋ, ਜਗਦੀ ਜਮੀਰ ਵਾਲੇ ਲੋਕ ਆਏ ਆ, ਜਿੰਨੇ ਕਾਏ ਜਿੰਨੇ ਦੇ ਸੁਨੇਹੇ ਲੱਗੇ ਮਾੜੇ ਮੋਟੇ, ਨੱਟ ਟੁੱਟ ਬੰਦ ਆ। ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਅਲਟੀਮੇਟਮ ਆ, ਇਹ ਚੇਤਾਵਨੀ ਆ ਵੀ ਜੇ ਨਹੀਂ ਹੱਲ ਹੁੰਦਾ, ਨਹੀਂ ਵੀ ਅੰਮ੍ਰਿਤਪਾਲ ਨੂੰ ਸਾਹਮਣੇ ਲਿਆਵੇ, ਉਹ ਦੱਸ ਨਹੀਂ ਰਹੇ ਉਹਦੇ ਬਾਰੇ ਫੜਿਆ ਕੀ ਹੈ ਕਿੱਥੇ ਹੈ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੇ ਤਿੱਖਾ ਹੋਣਾ, ਪੂਰਾ ਪੰਜਾਬ ਸੜਕਾਂ ਤੇ ਆਉਣਾ। ਅੱਜ ਤਾਂ ਤੁਹਾਨੂੰ ਚੇਤਾਵਨੀ ਦੇ ਤੌਰ ਤੇ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਅੰਦਰ ਮੰਗ ਪੱਤਰ ਦੇ ਰਹੇ ਹਾਂ ਡੀਸੀਆਂ ਨੂੰ ਵੀ ਇਹ ਮਸਲੇ ਦਾ ਹੱਲ ਕਰੋ, ਤੇ ਜਿਹੜੀ ਗੈਰ ਕਾਨੂੰਨੀ ਤੌਰ ਤੇ ਤੁਸੀਂ ਫੜੋ ਫੜੀ ਕਰ ਰਹੇ ਹੈ, ਛਾਪੇ ਮਾਰ ਰਹੇ ਹੋ ਪਿੰਡਾਂ ਦੇ ਵਿੱਚ, ਜਿਹਨੇ ਕੋਈ ਸਮਾਗਮ ਕਰਾਇਆ ਸੀ ਕਰਾ ਰਿਹਾ, ਜੋ ਕੋਈ ਫੋਟੋ ਵਾਲਾ ਹੈ, ਜਾਂ ਤੁਹਾਨੂੰ ਲੱਗਦਾ ਇਕੱਠੇ ਹੋ ਕੇ ਕੱਲ ਨੂੰ ਇੰਤਜ਼ਾਮ ਨਾ ਕਰ ਤਾਂ ਸੜਕਾਂ ਤੇ ਆ ਜਾਣਾ, ਉਹਨਾਂ ਲੋਕਾਂ ਦੇ ਡਰ ਪਾਉਣ ਲਈ ਪਿੰਡੋ ਪਿੰਡੀ ਜਾ ਕੇ ਤਲਾਸ਼ੀਆਂ ਲੈ ਰਹੇ ਹੈ, ਨੌਜਵਾਨ ਨੂੰ ਫੜ ਰਹੇ ਤਾਂ ਜਿਹੜਾ ਸਿੱਟ ਰਹੇ ਹੈ। ਇਹ ਬੰਦ ਕਰੋ, ਨਹੀਂ ਬੰਦ ਕਰੋਗੇ ਤੁਹਾਡਾ ਭੁਲੇਖਾ। ਇਹ ਅਵਾਰ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਗੁੱਸਾ ਤੇ ਰੋਸ ਹੈ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਡੰਡੇ ਨਾਲ ਦਬਾਇਆ ਨੀ ਦਬਦਾ ਹੁੰਦਾ, ਇਹ ਧੱਕੇ ਨਾਲ ਦਵਾਈ ਪੁੱਜੀ ਦਵੀ ਨੀ, ਇਹ ਪਹਿਲਾਂ ਨੀ ਦਵੇ। ਅਬਦਾਲੀਆਂ ਦਰਾਨੀਆਂ ਅੰਗਰੇਜ਼ਾਂ ਦਾ ਵੀ ਦੌਰ ਆਇਆ, ਇਸ ਗੱਲ ਨੂੰ ਬਰਦਾਸ਼ਤ ਦੀ ਹੱਦ ਹੁੰਦੀ ਆ ਕੋਈ, ਤੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਸੋ ਮੈਂ ਤੋਂ ਬਾਅਦ ਪਰਮਿੰਦਰ ਸਿੰਘ ਪਾਰੀ ਉਹ